ਰਸਤਾ ਖੁਦਕੁਸ਼ੀ ਦਾ ਵੀ ਖੁੱਲ੍ਹਾ ਸੀ ਅਤੇ ਹਾਲਾਤ ਅੱਗੇ ਗੋਡੇ ਟੇਕ ਕੇ ਜਾਣ ਦਾ ਵੀ, ਪਰ ਮਨਜੀਤ ਕੌਰ ਨੇ ਸੰਘਰਸ਼ਾਂ ਵਾਲਾ ਰਸਤਾ ਚੁਣਿਆ। ਇਸ ਰਸਤੇ ਦੀ ਪ੍ਰੇਰਣਾ ਅਤੇ ਸ਼ਕਤੀ ਮਿਲੀ ਪੁਨਰਜੋਤ ਮੁਹਿੰਮ ਨੂੰ ਸਮਰਪਿਤ ਡਾਕਟਰ ਰਮੇਸ਼ ਮਨਸੂਰਾਂ ਵਾਲਿਆਂ ਕੋਲੋਂ। ਇੱਥੋਂ ਹੀ ਮਿਲਿਆ ਇੱਕ ਨਵਾਂ ਪਰਿਵਾਰ। ਰਿਸ਼ਤਿਆਂ ਪੱਖੋਂ ਇਸ ਪਰਿਵਾਰ ਦੇ ਸਾਰੇ ਮੈਂਬਰ ਇੱਕ ਦੂਜੇ ਦੇ ਕੁਛ ਨਹੀਂ ਸਨ ਲੱਗਦੇ, ਪਰ ਇੱਕ ਦਰਦ ਦਾ ਰਿਸ਼ਤਾ ਇਹਨਾਂ ਸਾਰਿਆਂ ਨੂੰ ਇੱਕ ਦੂਜੇ ਦੇ ਦਿਲਾਂ ਵਿੱਚ ਆਪਣਾ ਬਣਾ ਕੇ ਰੱਖਦਾ। ਇਹ ਇੱਕ ਅਜਿਹੀ ਟੀਮ ਸੀ ਜਿਸਨੇ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਹੱਸ ਕੇ ਸਵੀਕਾਰ ਕਰਨ ਦਾ ਰਸਤਾ ਲੱਭ ਲਿਆ ਸੀ। ਅੱਜ ਅਸੀਂ ਤੁਹਾਨੂੰ ਮਿਲਵਾ ਰਹੇ ਹਾਂ ਇਸ ਸ਼ਾਨਦਾਰ ਪਰਿਵਾਰ ਦੇ ਇੱਕ ਸੀਨੀਅਰ ਮੈਂਬਰ ਮਨਜੀਤ ਕੌਰ ਨਾਲ, ਜਿਸਨੇ ਇੱਕ ਸਿੰਗਲ ਮਦਰ ਵਜੋਂ ਕਦਮ ਕਦਮ ਉੱਤੇ ਜ਼ਿੰਦਗੀ ਦੀ ਜੰਗ ਲੜੀ ਅਤੇ ਇਸ ਜੰਗ ਵਿੱਚ ਜਿੱਤ ਪ੍ਰਾਪਤ ਕੀਤੀ। ਮੇਰਾ ਨਾਮ ਮਨਜੀਤ ਕੌਰ ਹੈ ਅਤੇ ਮੈਂ ਵੈਸੇ ਜਲੰਧਰ ਤੋਂ ਹਾਂ, ਅਤੇ ਮੈਨੂੰ ਕੰਮ ਦੇ ਸਿਲਸਿਲੇ ਕਰਕੇ ਅਸੀਂ ਮਤਲਬ ਲੁਧਿਆਣੇ ਆਏ ਹੋਏ ਸੀਗੇ, ਅਤੇ ਮੈਂ 12-13 ਸਾਲ ਤੋਂ ਮੈਂ ਵਿਡੋ ਹਾਂ, ਮਤਲਬ ਮੇਰੇ ਹਸਬੈਂਡ ਐਕਸਪਾਇਰ ਹੋ ਗਏ ਸੀ ਅਤੇ ਮੈਂ ਡਾਕਟਰ ਰਮੇਸ਼ ਆਈ ਹੋਸਪਿਟਲ ਦੇ ਨਾਲ ਜੁੜੀ ਹੋਈ ਹਾਂ। ਅਤੇ ਮੈਂ ਜ਼ਿੰਦਗੀ 'ਚ ਬਹੁਤ ਸੰਘਰਸ਼ ਕੀਤਾ। ਮੇਰੀਆਂ ਦੋ ਬੇਟੀਆਂ ਆ, ਇੱਕ 3 ਸਾਲ ਦੀ ਸੀ ਉਸ ਟਾਈਮ 'ਤੇ ਅਤੇ ਇੱਕ 5 ਸਾਲ ਦੀ ਸੀ, ਜਿਹੜੀਆਂ ਕਿ ਇਸ ਟਾਈਮ ਹੁਣ ਇੱਕ +2 ਕਰਕੇ ਦਿੱਲੀ ਏਅਰਪੋਰਟ 'ਤੇ ਜੋਬ ਕਰ ਰਹੀ ਆ। ਹੁਣੀ ਨਵੀਂ ਜੁਆਇਨਿੰਗ ਹੋਈ ਆ ਅਤੇ ਇੱਕ +2 ਦੇ ਇਗਜ਼ਾਮ ਦਿੱਤੇ ਉਹਨੇ, BA ਫਸਟ ਈਅਰ 'ਚ ਹੋਣਾ, ਨਾਲ ਮੇਰੀ ਬੇਟੀ ਗ੍ਰੈਜੂਏਸ਼ਨ ਵੀ ਕਰ ਰਹੀ। ਮਤਲਬ ਮੇਰੇ ਹਸਬੈਂਡ ਐਕਸਪਾਇਰ ਹੋ ਗਏ ਅਤੇ ਮੇਰੀਆਂ ਬੇਟੀਆਂ ਬਹੁਤ ਛੋਟੀਆਂ ਸੀਗੀਆਂ, ਤਾਂ ਮੈਨੂੰ ਜ਼ਿੰਦਗੀ 'ਚ ਬਹੁਤ ਸੰਘਰਸ਼ ਕਰਨਾ ਪਿਆ, ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉੱਧਰੋਂ ਮੈਂ ਡਿਊਟੀ 'ਤੇ ਆਉਣਾ ਹੁੰਦਾ ਸੀ ਅਤੇ ਕਈ ਵਾਰੀ ਮੇਰਾ ਸਿਲੰਡਰ ਖਤਮ ਹੋ ਜਾਂਦਾ ਸੀ, ਅਤੇ ਮੈਨੂੰ ਬਹੁਤ ਸਾਰੇ ਬਹੁਤ ਮੁਸ਼ਕਲ ਦੇ ਨਾਲ ਮੈਂ ਨਾਲੇ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਰਹੀ ਸੀ ਅਤੇ ਨਾਲੇ ਮੈਂ ਆਪਣੇ ਹੋਸਪਿਟਲ ਦੀ ਡਿਊਟੀ ਨੂੰ ਕਦੀ ਮਿਸ ਨਹੀਂ ਸੀ ਕਰਨਾ ਚਾਹੁੰਦੀ। ਅਤੇ ਮੇਰੇ ਬੱਚੇ ਬਹੁਤ ਛੋਟੇ ਛੋਟੇ ਸੀ ਅਤੇ ਘਰ ਦੀ ਵੀ ਟੈਨਸ਼ਨ ਰਹਿੰਦੀ ਸੀ ਕਿ ਬੱਚੇ ਸੱਟ ਨਾ ਲਵਾ ਲੈਣ ਜਾਂ ਕੋਈ ਉਹਨਾਂ ਨੂੰ ਕੋਈ ਹਵੀ ਨਵੀ ਨਾ ਹੋ ਜਾਵੇ। ਮਤਲਬ ਦਿਮਾਗ ਇੱਕ ਸਾਰਾ ਸਾਰੇ ਪਾਸੇ ਘੁੰਮਦਾ ਹੁੰਦਾ ਸੀ, ਤਾਂ ਫਿਰ ਵੀ ਮੈਂ ਆਪਣੇ ਕੰਮ ਪ੍ਰਤੀ ਬਹੁਤ ਵਫ਼ਾਦਾਰ ਸੀ, ਔਰ ਮੈਂ ਸੋਚਦੀ ਹਾਂ ਕਿ ਮੈਂ ਆਪਣੇ ਕੰਮ ਪ੍ਰਤੀ ਵਫ਼ਾਦਾਰ ਦੇ ਹੋਣ ਕਰਕੇ ਹੀ ਮੈਂ ਇਸ ਮੰਜ਼ਿਲ 'ਤੇ ਪਹੁੰਚੀ ਹਾਂ। ਬਾਕੀ ਮੇਰੇ ਫਾਦਰ ਸਾਹਿਬ ਅਤੇ ਮੇਰੇ ਮਦਰ ਸੀਗੇ, ਅਤੇ ਉਹਨਾਂ ਵੱਲੋਂ ਮੈਨੂੰ ਕੋਈ ਦਿਨ ਬੈਕ ਸਪੋਰਟ ਹੈ ਨਹੀਂ ਸੀਗੀ। ਇੱਕ ਮੇਰੇ ਬ੍ਰਦਰ ਅੱਜ ਤੋਂ 25 ਸਾਲ ਪਹਿਲਾਂ ਕਨੇਡਾ 'ਚ ਐਕਸਪਾਇਰ ਹੋ ਗਏ ਸੀਗੇ, ਅਤੇ ਜਿਹੜੇ ਮੇਰੇ ਛੋਟੇ ਭਰਾ ਉਹ ਆਪਣਾ ਅਲੱਗ ਉਹਨਾਂ ਦੀ ਸੈਟਲਮੈਂਟ ਆ, ਮਤਲਬ ਵੀ ਉਹ ਸਾਡੇ ਨਾਲ ਕੋਈ ਉਹਨਾਂ ਦੀ ਜੁਆਇਨਿੰਗ ਨਹੀਂ ਸੀਗੀ। ਅਤੇ ਮੇਰੀ ਦੀਦੀ ਆ, ਉਹਨਾਂ ਦੇ ਬੱਚੇ ਬਾਹਰ ਗਏ ਹੋਏ ਆ, ਮੇਰੀ ਦੀਦੀ ਤਾਂ ਮੇਰੀ ਭਾਣਜੀ ਇਟਲੀ 'ਚ ਆ, ਮੇਰਾ ਭਾਣਜਾ ਇੰਗਲੈਂਡ 'ਚ ਆ, ਪਰ ਮੈਨੂੰ ਕਿਸੇ ਵੱਲੋਂ ਕਿਸੇ ਤਰ੍ਹਾਂ ਦੀ ਨਾ ਆਪਣੇ ਰਿਸ਼ਤੇਦਾਰਾਂ ਵੱਲੋਂ ਨਾ ਆਪਣੇ ਸਹੁਰਿਆਂ ਵੱਲੋਂ ਕਿਸੇ ਕੋਲੋਂ ਮਤਲਬ ਮਾਮਿਆਂ ਚਾਚਾ ਤਾਇਆਂ ਕੋਲੋਂ ਕਿਸੇ ਕੋਲੋਂ ਵੀ ਹੈਲਪ ਦੀ ਨਹੀਂ ਮਿਲੀ ਸੀ। ਅਤੇ ਮੈਂ ਸਾਰਾ ਕੁਛ ਆਪਣੇ ਸਿਰ ਖੁਦ ਕੀਤਾ, ਔਰ ਬਲਕਿ ਥੋੜ੍ਹੇ ਕੁ ਸਾਲਾਂ ਬਾਅਦ 4-5 ਸਾਲਾਂ ਬਾਅਦ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ, ਤਾਂ ਮੈਂ ਆਪਣੀ ਮੰਮੀ ਨੂੰ ਵੀ ਮੈਂ ਹੀ ਦੇਖਦੀ ਹਾਂ, ਔਰ ਮੈਂ ਮੰਮੀ ਨੂੰ ਮੰਥਲੀ ਖਰਚਾ ਮੈਂ ਹੀ ਦਿੰਦੀ ਹਾਂ, ਆਪਣੀ ਮੰਮੀ ਨੂੰ ਵੀ, ਉਹਨਾਂ ਨੂੰ ਵੀ ਮੈਂ ਦੇਖਦੀ ਹਾਂ। ਮਤਲਬ ਹਰ ਪੱਖ ਤੋਂ ਮਤਲਬ ਮੈਨੂੰ ਕਿਸੇ ਪਾਸੇ ਵੀ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਸੀ, ਪਰ ਮੈਂ ਹੋਸਪਿਟਲ 'ਚ ਨਾ ਅੱਜ ਤੱਕ ਇਹ ਰਛਪਾਲ ਵੀ ਰਹੀ ਆ, ਜਿਹਨੂੰ ਮੈਂ ਆਪਣਾ ਬ੍ਰਦਰ ਸਮਝਦੀ ਹਾਂ। ਮੈਂ ਸੋਚਦੀ ਵੀ ਮੇਰਾ ਇੱਕ ਭਰਾ ਹੈਗਾ ਆ, ਔਰ ਅੱਜ ਤੱਕ ਮੈਨੂੰ ਕਦੀ ਵੀ ਕੋਈ ਪ੍ਰੋਬਲਮ ਪਈ ਆ ਅਤੇ ਇਸ ਵੀਰੇ ਨੇ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਆ, ਮੈਂ ਇਹਦਾ ਵੀਰੇ ਦਾ ਬਹੁਤ ਥੈਂਕਸ ਕਰਦੀ ਹਾਂ ਵੀ ਇਹ ਪ੍ਰਭੂ ਨੇ ਮੈਨੂੰ ਭਰਾ ਦਿੱਤਾ ਹੈ। ਇੱਕ ਪਹਿਲਾਂ ਮੈਂ ਪ੍ਰਭੂ 'ਚ ਨਹੀਂ ਸੀਗੀ, ਮੈਂ ਜਦੋਂ ਵੀ ਮੈਨੂੰ ਕਦੀ ਪਰੇਸ਼ਾਨੀ ਹੁੰਦੀ ਸੀ ਤਾਂ ਮੈਂ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਆਉਂਦੀ ਸੀ, ਤਾਂ ਮੈਨੂੰ ਲੱਗਦਾ ਸੀਗਾ ਕਿ ਮੈਂ ਆਪਣੇ ਆਪ ਨੂੰ ਬੈਟਰ ਫੀਲ ਕਰਦੀ ਸੀਗੀ। ਪਰ ਜਦੋਂ ਦੀ ਮੈਂ ਪ੍ਰਭੂ 'ਚ ਆਈ, 5 ਕੁ ਸਾਲ ਪਹਿਲਾਂ ਮੇਰੇ ਘਰ ਕੋਈ ਸਮੱਸਿਆ ਆਈ ਤਾਂ ਮੈਂ ਪ੍ਰਭੂ 'ਚ ਆਈ, ਅਤੇ ਹੁਣ ਮੈਨੂੰ ਜਿੱਦਾਂ ਮੈਨੂੰ ਇਹ ਸੀਗਾ ਹਾਏ ਮੇਰੀ ਗਵਾਂਢਣ ਮੇਰੇ ਨਾਲ ਬੋਲੀ ਨਹੀਂ, ਜਾਂ ਮੇਰੇ ਰਿਸ਼ਤੇਦਾਰ ਮੇਰੇ ਕੋਲ ਆਉਂਦੇ ਨਹੀਂ ਹੈਗੇ, ਜਾਂ ਮੇਰਾ ਸਟਾਫ ਮੇਰੇ ਨਾਲ ਬਿਹੇਵੀਅਰ ਇੱਦਾਂ ਦਾ ਕਰਦਾ, ਪਰ ਮੈਨੂੰ ਕਦੀ ਵੀ ਹੈ ਨਾ, ਹੁਣ ਜਦੋਂ ਦੀ ਮੈਂ ਪ੍ਰਭੂ 'ਚ ਆਈ ਹਾਂ ਮੈਨੂੰ ਪ੍ਰਭੂ ਤੋਂ ਸਭ ਤੋਂ ਵੱਧ ਐਨਰਜੀ ਮਿਲੀ ਆ। ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਬਹੁਤ ਅਕੇਲਾ ਸਮਝਦੀ ਸੀਗੀ, ਅਤੇ ਹਰ ਗੱਲ ਮੈਂ ਆਪਣੇ ਬੜੇ ਛੋਟੇ ਛੋਟੇ ਬੱਚਿਆਂ ਦੇ ਨਾਲ ਸ਼ੇਅਰ ਕਰਦੀ ਸੀਗੀ ਕਿ ਮੈਨੂੰ ਵੀ ਆਪਣੇ ਬੱਚਿਆਂ ਦਾ ਹੀ ਆਸਰਾ ਸੀ ਸਭ ਤੋਂ ਵੱਡਾ, ਹੋਰ ਮੈਨੂੰ ਕਿਸੇ ਤੋਂ ਆਸਰਾ ਨਹੀਂ ਸੀਗਾ। ਅਤੇ ਪਰ ਜਦੋਂ ਦੀ ਮੈਂ ਪ੍ਰਭੂ ਜੀਜਸ ਨੂੰ ਆਪਣਾ ਪਾਪਾ ਸਵੀਕਾਰ ਕੀਤਾ ਹੈ, ਤਾਂ ਪ੍ਰਭੂ ਯੇਸ਼ੂ ਨੂੰ ਮੈਂ ਆਪਣਾ ਫਾਦਰ ਸਾਹਿਬ ਮੰਨਿਆ ਆ, ਤਾਂ ਮੈਨੂੰ ਉਦੋਂ ਤੋਂ ਕਦੀ ਵੀ ਕਿਸੇ ਚੀਜ਼ ਦੀ ਕਮੀ ਘਟੀ ਨਹੀਂ ਲੱਗੀ, ਔਰ ਮੈਨੂੰ ਨਾ ਹੁੰਦੇ ਹੋਏ ਵੀ ਪਤਾ ਨਹੀਂ ਲੱਗਦਾ ਕਿ ਮੇਰਾ ਪ੍ਰਭੂ ਮੇਰੇ ਨਾਲ ਆ। ਤਾਂ ਮੈਨੂੰ ਸਾਰੀ ਹਰ ਖੁਸ਼ੀ ਦੀ ਵੀ ਲਾਸਟ ਜੇ ਹੋ ਗਏ, ਦਸੰਬਰ 'ਚ ਮੇਰਾ 25,500 ਦਾ ਨੁਕਸਾਨ ਹੋ ਗਿਆ, ਜਿੱਦਾਂ ਰੋਂਗ ਕਾਲ ਆਉਂਦੀ ਆ ਕਿ ATM ਤੋਂ ਪੈਸੇ ਉੜ ਗਏ, ਤਾਂ ਮੈਨੂੰ ਹੈ ਨਾ ਸੀਗਾ, ਮੈਂ 29,000 ਦੀ ਕਿਸ਼ਤ ਭਰਨੀ ਸੀ, ਮੇਰਾ 26,500 ਮੈਂ ਉਹਦੇ ਲਈ ਜੋੜਿਆ ਸੀ ਥੋੜ੍ਹੇ ਥੋੜ੍ਹੇ ਪੈਸੇ ਕਰਕੇ, ਪਰ ਜਦੋਂ ਮੇਰੇ ਉਹ ਪੈਸੇ ATM ਦੀ ਰੋਂਗ ਕਾਲ ਨਾਲ ਖਤਮ ਹੋ ਗਏ, ਮੈਂ ਆਪਣਾ ATM ਨੰਬਰ ਦੱਸ ਬੈਠੀ, ਤਾਂ ਪਰ ਪ੍ਰਭੂ ਨੇ ਮੈਨੂੰ ਨਹੀਂ ਸਮਝ ਆਈ ਕਿ ਕਿੱਦਾਂ ਮੇਰੀਆਂ ਸਾਰੀਆਂ ਕਿਸ਼ਤਾਂ ਵੀ, ਉਦੋਂ ਤੋਂ ਮੈਨੂੰ ਹੋਰ ਬਲ ਮਿਲਿਆ ਕਿ ਮੇਰਾ ਪਾਪਾ ਸੱਚ ਵਿੱਚ ਮੇਰੇ ਨਾਲ ਆ, ਜੀਜਸ ਹੀ ਮੇਰੀ ਸਭ ਤੋਂ ਵੱਡੀ ਤਾਕਤ ਆ।
ਬਾਕੀ ਜਦੋਂ ਦੀ ਮੈਂ ਡਾਕਟਰ ਰਮੇਸ਼ ਨਾਲ ਜੁੜੀ ਸੀ ਤਾਂ ਮੇਰੀ ਸੈਲਰੀ ਬਹੁਤ ਥੋੜ੍ਹੀ ਸੀ, ਪਰ ਮੈਂ ਹੈ ਨਾ ਸੈਲਰੀ ਵੱਲ ਧਿਆਨ ਨਹੀਂ ਦਿੱਤਾ ਕਿ ਮੇਰੀ ਸੈਲਰੀ ਬਹੁਤ ਥੋੜ੍ਹੀ ਆ, ਪਰ ਮੈਂ ਉਸ ਤੋਂ ਪਹਿਲਾਂ 1.5 ਮਹੀਨੇ ਜਦੋਂ ਆਪਣੇ ਘਰ ਵਿਹਲੀ ਰਹਿੰਦੀ ਸੀ ਤਾਂ ਮੈਨੂੰ ਹੈ ਨਾ ਬਹੁਤ ਤਕਲੀਫ ਹੁੰਦੀ ਸੀ, ਮੈਨੂੰ ਨਾ ਦਿਨ ਨੀਂਦ ਆਉਂਦੀ ਸੀ ਨਾ ਰਾਤ ਨੂੰ ਨੀਂਦ ਆਉਂਦੀ ਸੀ। ਜਿਹੜਾ 1.5 ਮਹੀਨਾ ਮੈਂ ਘਰ ਬੈਠ ਕੇ ਜਦੋਂ ਮੈਂ ਰਾਤ ਨੂੰ ਸੌਣਾ ਤਾਂ ਮੇਰੇ ਕੋਲ ਨੀਂਦ ਨਹੀਂ ਸੀ ਆਉਂਦੀ, ਨਾ ਮੇਰਾ ਖਾਣ ਨੂੰ ਕੁਛ ਮਨ ਕਰਦਾ ਸੀ। ਜਦੋਂ ਮੈਂ ਫਸਟ ਡੇ ਇੱਥੇ ਡਾਕਟਰ ਦੇ ਜੁਆਇਨ ਕੀਤਾ ਅਤੇ ਮੈਂ ਜਦੋਂ ਘਰ ਜਾ ਕੇ ਪੂਰੇ ਆਨੰਦ ਦੀ ਨੀਂਦ ਲਈ ਤਾਂ ਮੈਨੂੰ ਲੱਗਣ ਲੱਗ ਗਿਆ ਕਿ ਮੈਨੂੰ ਨੀਂਦ ਦੀ ਬਿਮਾਰੀ ਲੱਗ ਗਈ ਆ, ਮਤਲਬ ਮੈਨੂੰ ਪੂਰੀ ਨੀਂਦ ਆਉਣੀ। ਮੈਨੂੰ ਵਧੀਆ ਲੱਗਦਾ ਸੀ ਕਿ ਮੈਂ ਸਾਰਾ ਦਿਨ ਬਿਜ਼ੀ ਸੀ, ਪਰ ਜਦੋਂ ਮੈਂ ਇੱਥੇ ਹੈ ਨਾ ਮਰੀਜ਼ ਦਿਖਾਉਂਦੇ ਦਿਖਾਉਂਦੇ ਬਹੁਤ ਕੁਛ ਸਿੱਖਿਆ ਮੈਂ। ਜਦੋਂ ਮੈਂ ਮਰੀਜ਼ ਨੂੰ ਚੈੱਕ ਕਰਾਉਂਦੀ ਸੀ ਤਾਂ ਮਰੀਜ਼ ਜਦੋਂ ਆਪਣੀ ਕਹਾਣੀ ਡਾਕਟਰ ਸਾਹਿਬ ਨੂੰ ਦੱਸਦੇ ਸੀਗੇ, ਕਿਸੇ ਨਾ ਕਿਸੇ ਤਰ੍ਹਾਂ ਕਿਸੇ ਦੀ ਬੇਟੀ ਨੇ ਧੋਖਾ ਦਿੱਤਾ, ਕਿਸੇ ਦੇ ਬੇਟੇ ਨੇ ਧੋਖਾ ਦਿੱਤਾ, ਤਾਂ ਮੈਂ ਉਹਨਾਂ 'ਚ ਮਹਿਸੂਸ ਕਰਦੀ ਸੀ ਆਪਣੇ ਆਪ ਨੂੰ ਕਿ ਪ੍ਰਭੂ ਤੂੰ ਮੈਨੂੰ ਮੇਰੇ ਸਰੀਰ ਨੂੰ ਤੰਦਰੁਸਤ ਰੱਖਿਆ ਕਿ ਮੈਂ ਆਪਣੇ ਆਪ ਨੂੰ ਕੰਮ ਦੇ ਵਿੱਚ ਲਾ ਕੇ ਆਪਣੇ ਬੱਚਿਆਂ ਨੂੰ ਰੋਟੀ ਤਾਂ ਦੇ ਸਕਦੀ ਹਾਂ। ਅਤੇ ਮੈਨੂੰ ਹੈ ਨਾ ਇਹਨਾਂ ਗੱਲਾਂ ਤੋਂ, ਮਰੀਜ਼ਾਂ ਦੀਆਂ ਗੱਲਾਂ ਤੋਂ, ਮਰੀਜ਼ਾਂ ਦੇ ਦੁੱਖ ਦਰਦਾਂ ਤੋਂ ਇਹ ਪਤਾ ਲੱਗਿਆ ਕਿ ਹੈ ਨਾ ਮੇਰਾ ਦੁੱਖ ਬਹੁਤ ਛੋਟਾ ਆ। ਮੇਰਾ ਦੁੱਖ ਹੈਗਾ ਤਾਂ ਵੱਡਾ ਸੀ, ਪਰ ਹਰ ਕੋਈ ਆਪਣੀ ਸਮੱਸਿਆ ਨੂੰ ਕਹਿੰਦਾ ਵੱਡਾ, ਪਰ ਜਦੋਂ ਮੈਂ ਆਪਣੇ ਹੋਸਪਿਟਲ 'ਚ ਇੱਥੇ ਮਰੀਜ਼ਾਂ ਨੂੰ ਆਪਣੇ ਤੋਂ ਵੀ ਦੁਖੀ ਦੇਖਦੀ ਸੀ ਤਾਂ ਮੈਂ ਮਹਿਸੂਸ ਕਰਦੀ ਸੀ ਕਿ ਮੇਰਾ ਦੁੱਖ ਵੱਡਾ ਨਹੀਂ ਹੈਗਾ, ਕਮ ਸੇ ਕਮ ਮੈਂ ਆਪਣੇ ਬੱਚਿਆਂ ਨੂੰ ਆਪਣੇ ਤਾਕਤ ਨਾਲ ਆਪਣੀ ਹਿੰਮਤ ਨਾਲ ਦਲੇਰੀ ਨਾਲ ਮੈਨੂੰ ਪ੍ਰਭੂ ਨੇ ਸਮਝ ਦਿੰਦੇ ਆ ਤਾਂ ਮੈਂ ਉਹਨਾਂ ਨੂੰ ਆਪਣੀ ਰੋਟੀ ਕਮਾ ਕੇ ਖਿਲਾ ਸਕਦੀ ਹਾਂ। ਔਰ ਮੈਂ ਆਪਣੇ ਦੁੱਖ ਨੂੰ ਭੁੱਲੀ ਰਹਿੰਦੀ ਸੀ ਇਸੇ ਚੱਕਰ 'ਚ ਵੀ ਮੇਰਾ ਦੁੱਖ ਛੋਟਾ ਆ, ਤਾਂ ਮੈਂ ਘਰ ਜਾ ਕੇ ਬਹੁਤ ਸਾਰੀਆਂ ਗੱਲਾਂ ਦੀ ਜਾਣਕਾਰੀ ਆਪਣੇ ਬੱਚਿਆਂ ਨੂੰ ਦੇ ਕੇ, ਅਤੇ ਅਸੀਂ ਜੇ ਮੇਰੇ ਮਨ 'ਤੇ ਕੋਈ ਬਰਡਨ ਵੀ ਹੁੰਦਾ ਸੀ ਤਾਂ ਮੈਂ ਉਸ ਬਰਡਨ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦੀ ਸੀ ਕਿ ਅਸੀਂ ਬਹੁਤੇ ਨਾਲ ਠੀਕ ਹਾਂ, ਪ੍ਰਭੂ ਨੇ ਸਾਨੂੰ ਠੀਕ ਰੱਖਿਆ ਹੋਇਆ ਹੈ। ਚਲੋ ਬੰਦੇ ਦੀ ਕਮੀ ਤਾਂ ਨਹੀਂ ਪੂਰੀ ਹੋ ਸਕਦੀ, ਪਰ ਪ੍ਰਭੂ ਨੇ ਸਾਨੂੰ ਆਪਣੀ ਸਮਝ ਦੇ ਦੁਆਰਾ ਇਸ ਸਮਾਜ ਵਿੱਚ ਵਿਚਰਨ ਦੇ ਲਈ ਹਰ ਤਰ੍ਹਾਂ ਸਾਡਾ ਸਾਥ ਦਿੱਤਾ।